हाँ जी दोस्तों ठीक है ना, राम राम सारे नो। और नमिता जी तो तुम सारे बार बार मैसेज करे करवा चौथ की बढ़िया बढ़िया वैरायटी लाओ, बढ़िया बढ़िया वैरायटी लाओ। तो पहले तो सारे का बड़ा बड़ा धन्यवाद कि तुम विवेक वाले की वीडियो का वेट किया। तो अच्छे बड़े छैड़ छैड़ सूट लेंगे, घेंट घेंट बड़े घेंट सूट लेंगे, बड़े तगड़े तगड़े सूट लेंगे। तो वीडियो स्टार्ट करी नहीं सी, कर दी ना स्टार्ट, कर दो भाई, देखी भाई देखी कर दो कर दो कर दो। नहीं नहीं भाई जी करो करो स्टार्ट। सोहना सोहना सूट है, जोर जड़ता हाय 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 हाय। ओहो हो वर्क तो दिखा रहा है, ऐसा वर्क कि किसी ने पाना कोई भी फर्क है देखा। ठीक है, वाह जी वाह, जोर जड़ता दुपट्टा है देखो। ठीक है, सोहना सोहना दुपट्टा, रेट तो बड़ा ही घट है दा, 5000 बनी है, 4500 बनी है भाई कितना। ओहो बस तू देख तो है, वीडियो देख तो है। मैं पहले दस्ता था वीडियो देखनी, तो इंगे टच टच तो स्किप करनी, तो नहीं कहीं कह करना स्किप, नहीं नहीं लास्ट दसना है, लास्ट चीज भाई जी, फिर तू स्किप करने वाले बंदे। नहीं नहीं भाई मैं नहीं करता भाई, इतने डॉलर किथे जाने। आहो बिल्कुल बिल्कुल भाई जी बिल्कुल। सेकंड कलर, ओहो केड़ा कलर है, गोल्डन कलर, गोल्डन है ना, मैं नहीं कर सकदा के ना, दुपट्टा भी कहीं है, ओहो कितना सोहना गोल्डन कलर पिया, स्काई कलर वे हर कुछ ही आ वे, वो बाबा मोटा ही स्कैम है, वो हर कुछ ही आ बाबा। ताई सानू मैसेज कर दी साड़ी भैन कि विवेक आने की वीडियो नहीं आई, साड़ी भैन का बड़ा बड़ा धन्यवाद, तुम सा इंतजार करा वीडियो का, रोज मैसेज आते करवा चौथ की स्पैशल आइटम लिया हुआ, पार्टी वेयर आइटम लो, ता ही नहीं आती विवेक आने भैन साड़ियाँ है ना। ये देखता कि सोहना दुपट्टा, हाँ हाँ कलर कह मैडम जी कह बोलते ना कलर, पिस्ता पिस्ता की आ पिस्ता भाई जी, पिस्ता कलर दोनों सही ले रहे हैं, डानी कलर है, डानी कलर डानी कलर है। रेट ना 4500 नहीं है ना, 5000 है। ठीक है ना, चल चक 1500 रुपए से बड़ा का नहीं भाई, 1500 से चक 1500 रुपए, नहीं 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 लगता क्या अगे देख, तू करवा चौथ का सोना सोना सूट है, करवा चौथ केड़ा रंग चलना, लाल लाल भाई जी, लाल सोना सोना लाल ना, बिल्कुल भाई जी, पाकिस्तानी सूट लाल लाल है ना। ठीक है, दुपट्टा ਨਾਲ ਬੜਾ ਛੇੜ ਹੈ ਇਹਨੇ, ਛੇੜ ਛੇੜ ਤਾਂ ਸੋਹਣਾ ਦੁਪੱਟਾ ਵੀ ਨਾ, ਐਸਾ ਦੁਪੱਟਾ ਵੀ ਦੁਪੱਟਾ ਪਿਓਰ ਦਾ ਲੱਗਾ, ਪਿਓਰ ਦਾ ਦੁਪੱਟਾ ਹੈ, ਪਿਓਰ ਦਾ ਜੀ, ਠੀਕ ਹੈ ਨਾ, ਹਾਂਜੀ ਇਹ ਦੇਖੋ ਤਾਂ ਸੈਮੀ ਪਿਓਰ ਹੁੰਦਾ ਹੈ, ਫੁੱਲ ਪਿਓਰ ਨਹੀਂ ਹੁੰਦਾ, ਸੈਮੀ ਪਿਓਰ। ਇਹ ਦੂਜਾ ਕਲਰ ਹਲਦੀਆ ਵਾਸਤੇ ਹੈ, ਹਲਦੀ ਵਾਸਤੇ ਪਿਓਰ ਕਲਰ ਹੈ, ਤਗੜਾ ਕਲਰ ਹੈ ਨਾ, ਹਲਦੀਆ ਵਾਸਤੇ ਇਹ, ਹਲਦੀ ਵਾਸਤੇ ਹੈ। ਤੀਆ ਕਲਰ ਮਹਿੰਦੀਆ ਵਾਸਤੇ, ਮਹਿੰਦੀ ਇਹ ਤਾਂ ਠੀਕ ਹੈ, ਵਾਹ ਜੀ ਵਾਹ, ਮਹਿੰਦੀਆ ਵਾਸਤੇ ਹੈ, ਸੋਹਣਾ ਸੋਹਣਾ ਕਲਰ, ਨੌਣਾ ਨੌਣਾ ਕਲਰ, ਤਗੜਾ ਨਾ, ਹਾਂਜੀ ਭਾਈ, ਪਿਓਰ ਕਰੇਪ ਦਾ ਸੂਟ, ਸੈਲਬ੍ਰਿਟ ਦਾ ਸੂਟ, ਪਿਓਰ ਪਾਕਿਸਤਾਨੀ ਸੂਟ ਹੈ, ਦੇਖਾ ਸੋਹਣਾ ਕਲਰ। ਰੇਟ ਕੋਈ 4500 ਨਹੀਂ, ਕੋਈ 4200 ਨਹੀਂ, 1400 ਰੁਪਏ ਸਿਰਫ, 1400 ਰੁਪਏ ਚ ਚੱਕੋ, ਲੁੱਟ ਲਓ ਮੇਲਾ, ਲੁੱਟ ਲਓ ਮੇਲਾ ਫਟਾਫਟ। ਹੋਰ ਵੀ ਤੁਹਾਨੂੰ ਸੋਹਣੀ ਸੋਹਣੀ ਆਈਟਮਾਂ ਜਿਹੜੀਆਂ ਸੀ, ਇੱਕ ਆਈਟਮ ਸ਼ਿਮਰ ਦੀ ਸੋਹਣੀ ਆਈਟਮ ਨਾ, ਵੀ ਸ਼ਿਮਰ ਦੀ, ਹਾਂਜੀ ਭਾਈ ਜੀ, ਸ਼ਿਮਰ ਦੀ ਆਈਟਮ, ਗਲੇ ਪਰ ਪੂਰਾ ਹੈਂਡ ਲੱਗ, ਇਹਦੀ ਮਾਜ਼ਰ ਫੋਕਸ, ਗਲਾ ਕਿੰਨਾ ਸੋਹਣਾ, ਗਲਾ ਦੇਖ ਪਹਿਲਾਂ ਇੰਨਾ ਲੱਗਾ ਡਾਇਮੰਡ ਦਾ ਹਾਰ ਪਾਇਆ ਗਲੇ ਪਰ ਦੇਖਤਾ, ਹਾਂਜੀ ਭਾਈ, ਸਲਵਾਰ ਵੀ ਬੜੀ ਸੋਹਣੀ, ਦੁਪੱਟਾ ਦੇਖੋ ਕਿੰਨਾ ਗੱਚ, ਤਗੜਾ ਦੁਪੱਟਾ ਨਹੀਂ ਹੈ ਨਾ, ਦੁਪੱਟਾ ਵੀ ਬਹੁਤ ਪਿਆਰਾ ਭਾਈ ਜੀ, ਪ੍ਰਿੰਟਡ ਦੁਪੱਟਾ, ਕਲਰ ਚਾੜ ਵੀ ਬੰਬ ਬਰਗੰਡੀ ਪੈਰਟ ਉਸ ਕਾਈ। ਰੇਟ 2500 ਕੋਈ ਜ਼ਿਆਦਾ ਨਹੀਂ, 2500 ਸਿਰਫ, ਨਹੀਂ ਯਾਰ ਕੋਈ 5000 ਨਹੀਂ, ਕੋਈ 4500 ਨਹੀਂ, 2500 ਰੁਪਏ ਚੱਕੋ। ਚਲੋ ਅਗਲੀ ਆਈਟਮ, ਹੋਰ ਛੋਟੀ ਛੋਟੀ ਆਈਟਮਾਂ ਜਾਂਦਾ ਤੁਹਾਨੂੰ ਬੜੀ ਘੈਂਟ ਘੈਂਟ, ਇੱਕ ਆਈਟਮ ਤਾਂ ਸਾਡੀ ਫੁੱਲੀ ਟ੍ਰੈਂਡ 'ਚ ਵਿਕਾ ਦੀ, ਇਹ ਦੇਖਾ ਇਹ ਮਸਲੀਨ ਦਾ ਸੂਟ ਹੈ, ਸੋਹਣਾ ਜਿਹਾ ਗਲੇ ਭਰੇ ਹੈਂਡ ਦਾ ਕੰਮ ਹੈ, ਦੇਖਾ ਦੁਪੱਟਾ ਕਿੰਨਾ ਸੋਹਣਾ ਹੈ, ਸੋਹਣਾ ਨਾ ਦੁਪੱਟਾ, ਹਾਂਜੀ ਭਾਈ ਜੀ, ਹੈ ਨਾ, ਦੁਪੱਟਾ ਵੀ ਤਗੜਾ ਹੈ, ਕਲਰ ਚਾਰਟ ਵੀ ਤਗੜਾ ਹੈ, ਲਵੈਂਡਰ ਹੈ, ਗਾਜਰੀ ਹੈ, ਪੀਚ ਹੈ, ਨਿਓਨ ਹੈ, ਬਰਗੰਡੀ ਹੈ, ਸੀ ਗ੍ਰੀਨ ਹੈ, ਔਰ ਗੋਲਡਨ ਹੈ। ਰੇਟ ਸਿਰਫ 1000 ਰੁਪਈਆ, ਸਿਰਫ 1000 ਰੁਪਏ, ਨਹੀਂ ਮੈਨੂੰ ਬੜੇ ਹੈਰਾਨ ਹੋ ਗਏ ਤੁਸੀਂ, ਤੁਸੀਂ ਇਹ ਜੇ ਰੇਟ ਨਹੀਂ ਦੇਖੇ ਕਦੀ ਵੀ, ਨਹੀਂ ਨਹੀਂ ਭਾਈ ਜੀ, ਹਾਂ ਮੈਂ ਬਸ ਘਟਾਈ ਤੇ ਰੇਟ ਹੁਣ ਦੇਖਾਂਗਾ, ਇਸ ਤਾਂ ਚੱਕੋ ਕਰਵਾ ਚੌਥ ਦੀ ਆਈਟਮਾਂ, ਕਰਵਾ ਚੌਥ ਦੀ ਸੋਹਣੀਆਂ ਸੋਹਣੀਆਂ ਆਈਟਮਾਂ ਦੇਖਾ, ਕਿੰਨੀਆਂ ਸੋਹਣੀਆਂ ਆਈਟਮਾਂ ਨੇ ਕਰਵਾ ਚੌਥ ਦੀਆਂ, ਦੇਖਾ ਸਲਵਾਰ ਇਹ ਦੇਖਾ ਨਾਲ ਦੁਪੱਟਾ, ਕਿੰਨਾ ਸੋਹਣਾ ਦੁਪੱਟਾ, ਦੁਪੱਟਾ ਵੀ ਬਹੁਤ ਪਿਆਰਾ ਭਾਈ ਜੀ, ਕਿੰਨਾ ਸੋਹਣਾ ਦੁਪੱਟਾ, ਰੇਟ ਸਿਰਫ 1100 1100 ਰੁਪਏ ਰੇਟ, ਦੁਪੱਟੇ ਦੇਖਿਆ ਕਿੰਨੇ ਛੇੜ ਛੇੜ ਦੇਖਾ, ਦੂਆ ਕਲਰ ਇਹ ਆਈ ਆ, ਤੀਆ ਕਲਰ ਆਈ ਲੱਡੂ ਪੀਲਾ, ਕਿੰਨਾ ਸੋਹਣਾ ਕਲਰ ਦੇਖਾ, ਦੁਪੱਟਾ ਕਿੰਨਾ ਛੇੜ ਹੈ ਨਾ, ਰੇਟ ਸਿਰਫ 1100, ਸੋਹਣਾ ਸੋਹਣਾ ਸੂਟ, ਰੇਟ ਬੜਾ ਘੱਟ ਗਿਆ 1100, ਹੈ ਬੜਾ ਨਹੀਂ ਨੋਰਮਲ ਜਿਹਾ ਰੇਟ, ਨੋਰਮਲ ਹਲਕਾ ਜਿਹਾ, ਬਟ ਜ਼ਿਆਦਾ ਨਹੀਂ ਹੈ, ਜ਼ਿਆਦਾ ਕਿਆ ਕਹਿੰਦੇ ਰੇਟ ਲਾਇਕ ਹੈ, ਕਿਆ ਕਹਿੰਦੇ ਇੰਨੇ ਪੈਸੇ, ਦੇਖਾ ਦੇਖਾ ਪੀਚ ਕਲਰ ਕਿੰਨਾ ਸੁੰਦਰ ਹੈ, ਕੱਪੜਾ ਵੀ ਕਿੰਨਾ ਸੋਹਣਾ ਹੈ, ਜਿੰਮੀ ਚੂ ਉਹ ਸੋਹਣੇ ਨੇ ਗਾਣਾ, ਜਿੰਮੀ ਚੂ ਪਾ ਕੇ ਤੁਰਦੀ ਪਟਿਆਏ ਦਿੱਲੀ ਸਾਰਾ, ਇਹ ਤਾਂ ਰੇਟ ਸਿਰਫ 2500 ਸਿਰਫ, ਸਿਰਫ 2500, 500 ਪੰਜ ਨੋਟ ਸਿਰਫ, ਜ਼ਿਆਦਾ ਨਹੀਂ, 100 ਤੇ 25 ਵੀ ਲੈ ਸਕਦੇ ਤੁਸੀਂ, ਹਾਂ ਇਹ ਦੇਖਾ ਤਾਂ ਕਲਰ ਕਿੰਨੇ ਸੋਹਣੇ ਹਨ, ਜਿੰਮੀ ਚੂ ਕੱਪੜਾ ਕਲਰ ਕਿੰਨੇ ਛੇੜ ਛੇੜ ਹਨ, ਰੇਟ ਸਿਰਫ 2500 ਰੁਪਈਆ। ਚਲ ਅਗਲਾ ਇੱਕ ਦੇਖਾ,
ਕਰੇਬ ਦਾ ਸੂਟ ਹੈ ਕਿੰਨਾ ਸੋਹਣਾ ਹੈ ਕਰੇਬ ਦਾ ਇਹ ਰੇਬ ਦਾ ਨਹੀਂ ਹੈ ਰੇਬ ਦਾ ਕਰੇਬ ਹੈ ਰੇਬ ਦਾ ਲੱਗਾ ਹੁੰਦਾ ਪਏ ਰੇਬ ਦਾ ਰੇਬ ਦਾ ਸੀ ਔਰ ਇਕੱਠਾ ਹੋ ਜਾ ਰੇਬ ਨਹੀਂ ਹੈ ਇਹ ਅੱਛਾ ਅੱਛਾ ਮੈਨੂੰ ਲੱਗਿਆ ਰੇਬ ਆ ਪਉਦੀ ਜਾਵੇ ਸਲਵਾਰ ਦੀ ਕਿੰਨੀ ਸੋਹਣੀ ਹੈ ਪਉਦੀ ਰੇਬ ਪਉਦੀ ਹਾਂਜੀ ਕਿੰਨਾ ਸੋਹਣਾ ਲੱਗਦਾ ਪਿਓਰ ਦਾ ਦੁਪੱਟਾ ਲੱਡੂ ਪੀ ਲਾ ਕਲਰ ਦੂਆ ਕਲਰ ਦੀ ਵਾਹ ਜੀ ਵਾਹ ਕਲਰ ਹੀ ਹੈ ਹਰ ਕੁਝ ਹੀ ਕਲਰ ਹੈ ਨਾ ਰੇਟ ਸਿਰਫ 2600 ਜ਼ਿਆਦਾ ਨਹੀਂ 2600 ਰੁਪਏ ਰੇਟ 2600 ਸਿਰਫ 2600 ਬੜਾ ਜ਼ਿਆਦਾ ਨਹੀਂ 2600 ਰੁਪਏ ਠੀਕ ਹੈ ਹਾਂ ਜੀ ਅਗਲੇ ਆਈਟਮ ਇੱਕ ਇਹ ਦੇਖਾ ਕਿੰਨੀ ਸੋਹਣੀ ਸੋਹਣੀ ਆਈਟਮ ਹੈ ਵੀ ਸਿਰਫ 1000 ਰੁਪਏ ਰੇਟ ਹੈ ਦਾ ਸਿਰਫ 1000 ਜਿਹੜੀ ਇਹ ਆਈਟਮ ਹੈ ਇਹ 1000 ਰੁਪਏ 1000 ਰੁਪਏ 1000 ਰੁਪਏ ਜੇ ਦੁਪੱਟਾ ਦੇਖੀ ਲੋ ਪਹਿਲੇ ਹੁਣ ਲੱਗੀ ਨਾ 1000 ਚ 1000 ਤਾਂ ਲੱਗਾ ਨਹੀਂ ਭਾਈ ਕਾਟੂਗੀ ਵੀ 300 ਨਹੀਂ ਨਹੀਂ ਪਰ ਇਹ ਆਇਆ ਤਾਂ ਹੈ ਉੱਪਰ ਹੋਣਾ ਚਾਹੀਦਾ ਇਹ ਕਿਹੜਾ ਉੱਪਰ ਛੱਤੂ ਪਰ ਨਹੀਂ ਨਹੀਂ ਰੇਟ ਤੋਂ 1000 ਰੁਪਏ ਹੋੜੇ ਭਲੇਖਾ ਨਹੀਂ ਲੱਗੀ ਹੁੰਦੀ ਦੇਖ ਲਓ ਤੁਹਾਡੇ ਭਲੇਖਾ ਲੱਗਾ ਗਾਜਰੀ ਕਲਰ ਕਿੰਨਾ ਸੋਹਣਾ ਆਇਆ ਨਾ ਵਾਹ ਜੀ ਵਾਹ ਰੇਟ ਸਿਰਫ 500 ਦੋ ਨੋਟ ਠੀਕ ਹੈ 500 ਦੇ ਦੋ ਨੋਟ ਠੀਕ ਹੈ ਦੁਪੱਟੇ ਬਹੁਤ ਪਿਆਰੇ ਇਸ ਤਾਂ ਅਗਲਾ ਕਲਰ ਲੱਡੂ ਪੀਲਾ ਵਾਹ ਜੀ ਰੇਟ 500 ਦੇ ਸਿਰਫ ਦੋ ਨੋਟ 500 ਦੇ ਸਿਰਫ ਦੋ ਨੋਟ ਦੋ ਨੋਟ ਲੱਗਣੇ 500 ਦੇ ਰੇਟ ਕਿਹੜਾ ਦਾ 1000 ਰੁਪਏ ਠੀਕ ਹੈ ਦੇਖਾ ਸੈਲਫ ਜੋਰਜਟ ਸੈਲਫ ਜੋਰਜਟ ਦਾ ਸੂਟ ਨਾਲੇ ਦਾ ਨਾ ਜਿੰਮੀ ਚੂ ਦਾ ਦੁਪੱਟਾ ਕੀ ਦੇਖੋ ਕਿੰਨਾ ਸੋਹਣਾ ਇਹਦਾ ਸਲਵਾਰ ਵੀ ਦੇਖਾ ਦੁਪੱਟਾ ਦੇਖਾ ਕਿੰਨੀ ਚਮ ਚਮ ਕਰਾ ਦੇਖਾ ਵਾਲਾ ਕਰਾ ਦੇ ਨਾ ਹਾਂ ਜੀ ਭਾਈ ਦੇਖਾ ਠੀਕ ਹੈ ਤਗੜਾ ਹੈ ਹਾਂ ਜੀ ਇੱਕ ਕਲਰ ਦਿੱਤਾ ਪਿਸਤਾ ਉਹ ਬੱਚਾ ਗਾਜਰੀ ਵੀ ਹੈ ਉਹ ਇਸ ਚ ਮੈਨੂੰ ਗਾਜਰੀ ਵੀ ਆਈ ਇਸ ਚ ਉਹ ਨਹੀਂ ਯਾਰ ਗਾਜਰੀ ਵੀ ਇਸ ਚ ਬਰਗੰਡੀ ਵੀ ਇਸ ਚ ਰੇਟ ਕੋਈ 5 ਨਹੀਂ ਕੋਈ 4 ਨਹੀਂ 2100 ਹੁਣ ਕਮੈਂਟ ਕਰਕੇ ਦੱਸਦਾ ਕੀ ਵਿਵੇਕ ਕਲੋਥ ਦੀ ਵੈਰਾਈਟੀ ਅੱਛੀ ਲੱਗੀ ਕਰ ਆਰਡਰ ਫਟਾਫਟ ਕਰ ਦਿਆ ਰੋਜ਼ ਅਸੀਂ ਕੋਸ਼ਿਸ਼ ਕਰਨੀ ਕਿ ਰੋਜ਼ ਅਸੀਂ ਵੀਡੀਓ ਪਾਈਏ ਥੋੜਾ ਟਾਈਮ ਦੀ ਸ਼ੋਰਟੇਜ ਹੁੰਦੀ ਰਸ਼ ਵਗੈਰਾ ਹੁੰਦਾ ਤਾਂ ਅਸੀਂ ਵੀਡੀਓ ਨਹੀਂ ਪਾਈ ਪਾਉਂਦੇ ਤਾਂ ਅਸੀਂ ਫਿਰ ਕੋਸ਼ਿਸ਼ ਕਰ ਰਹੇ ਕਿ ਦੁਬਾਰਾ ਅਸੀਂ ਵੀਡੀਓ ਪਾਈਏ ਕਰੀ ਗੱਲ ਤੁਹਾਨੂੰ ਦੱਸਦਾ ਸੀ ਵਿਵੇਕ ਕਲੋਥ ਹੋਸ ਵਾਲਿਆਂ ਦਾ ਇੱਕ ਸ਼ੋਰੂਮ ਖੁੱਲਾ ਦਾ ਲਠਾਣੀ ਆ ਤਾਂ ਲਗਭਗ ਮਹੀਨਾ ਡੇਢ ਮਹੀਨੇ ਚ ਓਪਨਿੰਗ ਹੋ ਜਾਣੀ ਕਹਿੰਦਾ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਹੋਰ ਅਸੀਂ ਵੀ 3-4 ਸ਼ੋਰੂਮ ਖੋਲ੍ਹਣੇ ਦਾ ਸਾਡਾ ਪਲਾਨ ਹੈ ਕਿਹੜੀ ਕਿਹੜੀ ਲੋਕੇਸ਼ਨ ਹੋਣਾ ਚਾਹੀਦੀ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਜਿੱਥੇ ਸਾਰੇ ਵਾਸਤੇ ਬੈਨੀਫਿਟ ਹੋਵੇ ਤੁਹਾਡੇ ਹਰ ਕਸਟਮਰ ਬੈਨੀਫਿਟ ਹੋਵੇ ਤਾਂ ਉਸ ਟਾਈਪ ਦੀ ਲੋਕੇਸ਼ਨ ਤੁਸੀਂ ਸਾਨੂੰ ਦੱਸਣੀ ਠੀਕ ਹੈ ਜੀ ਜਿੱਥੇ ਦੀ ਜ਼ਿਆਦਾ ਕਮੈਂਟ ਹੋਣਗੇ ਉੱਥੇ ਅਸੀਂ ਪਲਾਨ ਕਰਕੇ ਖੋਲ੍ਹਣੇ ਦਾ ਠੀਕ ਹੈ ਤਾਂ ਧੰਨਵਾਦ ਰਾਮ ਰਾਮ ਜੈ ਸ਼੍ਰੀ ਰਾਮ।